ਸਮਰਾਲਾ ਦੇ ਵਿੱਚ ਪਤੀ ਅਤੇ ਪੁੱਤਰ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਪਿੰਡ ਚਹਿਲਾਂ ਦੇ ਵਿੱਚ ਕਿਰਾਏ ਦੇ ਮਕਾਨ 'ਤੇ ਰਹਿੰਦਾ ਸੀ ਪਰਿਵਾਰ। ਮੂਲ ਰੂਪ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਪਿੰਡ ਮੀਰਪੁਰ ਦੇ ਰਹਿਣ ਵਾਲੇ ਸਨ ਮ੍ਰਿਤਕ। ਕਤਲ ਤੋਂ ਪਹਿਲਾਂ ਤਿੰਨਾਂ ਦੇ ਹੱਥ ਬੰਨ੍ਹ ਦਿੱਤੇ ਗਏ ਸੀ। ਮਰਨ ਵਾਲਿਆਂ ਦੀ ਪਹਿਚਾਣ ਸੁਖਦੇਵ ਸਿੰਘ, ਉਸ ਦੀ ਪਤਨੀ ਗੁਰਮੀਤ ਕੌਰ ਅਤੇ ਪੁੱਤਰ ਹਰਜੋਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦੀ ਅਸਲ ਵਜ੍ਹਾ ਕੀ ਹੈ ਅਤੇ ਪੂਰਾ ਮਾਮਲਾ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਸਮਰਾਲਾ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਭਾਰਤ ਸੂਦ, ਆਜ਼ਾਦ ਟੀਵੀ ਨਿਊਜ਼। ਅੱਛਾ, ਕਿੰਨੇ ਚਿਰ ਤੋਂ ਰਹਿ ਰਹੇ ਸੀ ਤੁਹਾਡੇ ਇੱਥੇ ਮਕਾਨ 'ਚ? ਅੱਛਾ, ਅੱਜ ਕਿਵੇਂ ਪਤਾ ਲੱਗਿਆ ਜੀ? ਅੱਜ ਗੁਆਂਢੀਆਂ ਦਾ ਫੋਨ ਕਰਕੇ ਦੱਸਿਆ। ਕੀ ਕਹਿੰਦੇ ਜੀ? ਗੇਟ ਖੋਲ੍ਹਾ। ਅੱਛਾ, ਤੁਸੀਂ ਅੰਦਰ ਗਏ ਤਾਂ ਕੀ ਸੀਗਾ ਜੀ? ਅਸੀਂ ਅੰਦਰ ਗਏ ਨਹੀਂ, ਸਰਪੰਚ ਨੂੰ ਜਾ ਕੇ ਅੰਦਰ ਗਿਆ ਸੀਗਾ, ਅੰਦਰ ਦੇਖਿਆ ਜੇ ਡੈਡ ਬੋਡੀਆਂ ਸੀਗੀਆਂ, ਉਹ ਕਿਵੇਂ ਪਈਆਂ ਸੀ? ਸਾਨੂੰ ਕੋਈ ਪਤਾ ਨਹੀਂ, ਅਸੀਂ ਕਹਾਂ ਅੰਦਰ ਗਏ ਸੀ। ਜਦ ਤੁਸੀਂ ਅੰਦਰ ਵੜੇ ਹੋ ਜੀ, ਕੀ ਦੇਖਿਆ? ਕੀ ਅਸੀਂ ਤਾਂ ਡੈਡ ਬੋਡੀ ਦੇਖੀ ਪਈ ਆ ਬਸ, ਫੋਨ 'ਤੇ ਹੈ।